ਅੰਮ੍ਰਿਤਸਰ ਦੇ ਨਾਮਵਰ ਰਾਇਲ ਗਨ ਹਾਊਸ ਤੇ 22 ਫਰਵਰੀ ਨੂੰ ਜੋ ਲੁੱਟ ਦੀ ਘਟਨਾ ਵਾਪਰੀ ਸੀ, ਹਥਿਆਰਾਂ ਦੀ ਜਿਹੜੀ ਲੁੱਟ ਕੀਤੀ ਸੀ, 457 ਜਿਹੜੇ ਦਫਾ ਤਹਿਤ ਐਫ ਆਈ ਆਰ ਦਰਜ ਹੋਈ ਸੀ ਸਿਵਲ ਲਾਈਨ ਥਾਣੇ ਦੇ ਵਿੱਚ, 25 ਨੰਬਰ ਐਫ ਆਈ ਆਰ, ਤਾਂ ਇਸ ਨੂੰ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਟਰੇਸ ਕਰ ਲਿਆ ਹੈ। ਚੋਰੀ ਕੀਤੇ ਜਿਹੜੇ 12 ਵੈਪਨ ਸੀ, 12 315, ਜਿਨ੍ਹਾਂ ਦੇ ਵਿੱਚ 10 315 ਦੇ ਸੀ, 2 ਜਿਹੜੀਆਂ ਸਿੰਗਲ ਬੈਰਲ ਜਿਹੜੀਆਂ ਗੰਨਾਂ ਸੀ, ਇਹਨਾਂ ਨੂੰ ਟਰੇਸ ਕਰ ਲਿਆ ਹੈ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਇਸ ਮਾਮਲੇ ਦੇ ਉੱਤੇ ਛੇਤੀ ਜਾਣਕਾਰੀ ਦੇਣ ਜਾ ਰਹੇ ਨੇ, ਪਰ ਤਸਵੀਰਾਂ ਦੇ ਵਿੱਚ ਤੁਹਾਨੂੰ ਅਸੀਂ ਉਹ ਵੈਪਨ ਦਿਖਾ ਦਿੰਦੇ ਹਾਂ, ਜਿਹੜੇ ਕਾਟੇਜ ਵੀ ਜਿਹੜੇ ਸਾਹਮਣੇ ਜਿਹੜੇ ਉੱਥੋਂ ਚੋਰੀ ਕੀਤੇ ਗਏ ਸੀ। ਤਾਂ ਇੱਕ ਵੱਡੀ ਘਟਨਾ ਸੀ, ਕਿਉਂਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੁਲਿਸ ਵੱਲੋਂ ਸਮਾਜ ਵਿਰੋਧੀ ਜਿਹੜੇ ਅਨਸਰ ਨੇ ਜਿਨ੍ਹਾਂ ਦੇ ਖਿਲਾਫ ਇੱਕ ਮੁਹਿੰਮ ਛੇੜੀ ਹੋਈ ਹੈ, ਤਾਂ ਇਹ ਇੱਕ ਵੱਡੀ ਘਟਨਾ ਸੀ। 2 ਮੁਲਜ਼ਮਾਂ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ। ਤਾਂ ਇਹ ਜਿਹੜੀ ਘਟਨਾ ਚੋਰੀ ਦੀ ਜਿਹੜੀ ਵਾਪਰੀ ਸੀ, ਤਾਂ ਇਸ ਨੂੰ ਲੈ ਕੇ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੇ ਉੱਤੇ ਕਾਫੀ ਜਿਹੜਾ ਪ੍ਰੈਸ਼ਰ ਸੀ, ਤਾਂ ਇਸ ਨੂੰ ਜਿਹੜੀ ਇਸ ਨੂੰ ਲੈ ਕੇ ਪੁਲਿਸ ਵੱਲੋਂ ਲਗਾਤਾਰ ਜਿਹੜਾ ਸਿਵਲ ਲਾਈਨ ਥਾਣੇ ਦੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਸੀ। ਤਾਂ ਇਸ ਨੂੰ ਪੁਲਿਸ ਵੱਲੋਂ ਜੋ ਟਰੇਸ ਕਰ ਲਿਆ ਗਿਆ ਹੈ, ਤਾਂ ਇਹ ਜਿਹੜੇ ਵੱਖ ਵੱਖ ਜਿਹੜੇ ਹਥਿਆਰ ਸੀ, ਕੁਝ ਜਿਹੜੇ ਲੋਕਾਂ ਨੇ ਜਮ੍ਹਾਂ ਕਰਵਾਏ ਹੁੰਦੇ ਨੇ ਜਾਂ ਕੁਝ ਕੇਸਾਂ ਦੇ ਵਿੱਚੋਂ ਮੁਲਾਜ਼ਮ ਹੁੰਦੇ ਨੇ, ਉਹਨਾਂ ਦੇ ਵੱਲੋਂ ਜੋ ਜਮ੍ਹਾਂ ਕਰਵਾਏ ਗਏ ਸੀ, ਤਾਂ ਕੁਝ ਉਹਨਾਂ ਦੇ ਆਪਣੇ ਵੈਪਨ ਸੀ, ਤਾਂ 12 ਦੇ ਕਰੀਬ ਹਥਿਆਰ ਜਿਹੜੇ ਸੀ, ਜਿਹੜੀਆਂ 315 ਜਾਂ ਸਿੰਗਲ ਬੈਰਲ ਦੀਆਂ ਗੰਨਾਂ ਸੀ, ਤਾਂ ਇਹਨਾਂ ਦਾ ਕਿਤੇ ਇਸਤੇਮਾਲ ਹੋਣ ਦਾ ਖਦਸ਼ਾ ਸੀ। ਤਾਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਨੇ ਇਸ ਮਾਮਲੇ ਦੇ ਵਿੱਚ ਜਿਹੜੀ ਜਿਹੜੇ DCP ਨੇ ਪ੍ਰਾਗਿਆ ਜੈਨ ਜਾਂ ਸਿਵਲ ਲਾਈਨ ਦੇ ਜਿਹੜੇ SHO ਮੋਲਕਦੀਪ ਸਿੰਘ ਅਤੇ ACP ਦਵਿੰਦਰ ਖੋਸਾ ਹੋਣਾਂ ਦੇ ਆਧਾਰ 'ਤੇ ਇੱਕ ਟੀਮ ਬਣਾਈ ਸੀ, ਸਿਵਲ ਲਾਈਨ ਜਸਵੀਰ ਸਿੰਘ ਹੋਣਾਂ ਦੇ ਜਿਹੜੀ ਇੱਕ ਟੀਮ ਬਣਾਈ ਸੀ ਇੰਸਪੈਕਟਰ ਜਸਵੀਰ ਸਿੰਘ ਹੋਣਾਂ ਦੇ ਨਾਲ ਰਲ ਕੇ, ਤਾਂ ਉਸ ਟੀਮ ਨੇ ਇੱਕ ਇਸ ਮਾਮਲੇ 'ਤੇ ਲਗਾਤਾਰ ਕੰਮ ਕੀਤਾ ਅਤੇ ਇਸ ਕੇਸ ਨੂੰ ਜਿਹੜਾ ਟਰੇਸ ਕੀਤ ਕਰਨ ਦੇ ਵਿੱਚ ਸਫਲਤਾ ਜਿਹੜੀ ਹਾਸਲ ਕੀਤੀ। ਤਾਂ ਕੀ ਇਹਨਾਂ ਦਾ ਮਕਸਦ ਸੀ, ਇਸ ਬਾਰੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਛੇਤੀ ਜਿਹੜੀ ਜਾਣਕਾਰੀ ਦੇਣ ਜਾ ਰਹੇ ਨੇ, ਅਤੇ ਉਸ ਦੇ ਉੱਤੇ ਵੀ ਅਸੀਂ SCP ਸਾਹਿਬ ਦੇ ਨਾਲ ਗੱਲਬਾਤ ਕਰਾਂਗੇ। ਪਰ ਇੱਕ ਵੱਡੀ ਵਾਰਦਾਤ ਸੀ ਜਿਸ ਨੂੰ ਅੰਮ੍ਰਿਤਸਰ ਪੁਲਿਸ ਨੇ ਟਰੇਸ ਕਰ ਲਿਆ। ਕੈਮਰਾ ਪਰਸਨ ਮੁਕੇਸ਼ ਬਾਵਾ ਦੇ ਨਾਲ ਗਗਨਦੀਪ ਸ਼ਰਮਾ, ਦੈਨਿਕ ਸਵੇਰਾ TV, ਅੰਮ੍ਰਿਤਸਰ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ RK ਤਾਂਤਰਿਕ, ਪੰਡਿਤ, ਮੌਲਵੀ, ਬੇਗਮ, ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚਾਨਬਨ, ਵਿਦੇਸ਼ 'ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ 'ਚ ਸਮਾਧਾਨ, ਫ੍ਰੀ ਫ੍ਰੀ ਫ੍ਰੀ। RK ਤਾਂਤਰਿਕ, ਮੋਬਾਈਲ 9518855093, 7105-98475, ਪਤਾ ਪੰਜਾਬ। देश दुनिया की हर खबर सबसे पहले देखने के लिए फॉलो करें दैनिक सवेरा TV, यूट्यूब, फेसबुक, इंस्टाग्राम, एक्स और व्हाट्सएप चैनल पर।